ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ 5 ਆਵ ਸਟੱਡੀ ਦੇ ਵਿੱਚ। ਸੋ ਦੋਸਤੋ, ਹਾਜ਼ਰ ਹਾਂ ਤੁਹਾਡੇ ਲਈ ਪੰਜਾਬੀ ਕੁਆਲੀਫਾਈਂਗ ਪੇਪਰ ਦੀ 16ਵੀਂ ਕਲਾਸ ਲੈ ਕੇ। ਇਸ ਤੋਂ ਪਹਿਲਾਂ 15 ਕਲਾਸਾਂ ਇਸ ਸੀਰੀਜ਼ ਦੀਆਂ ਹੋ ਚੁੱਕੀਆਂ ਨੇ, ਪਲੇਲਿਸਟ ਬਣ ਚੁੱਕੀ ਹੈ, ਜਾ ਕੇ ਤੁਸੀਂ ਪਲੇਲਿਸਟ ਦੇ ਵਿੱਚ ਸਾਰੀਆਂ ਕਲਾਸਿਸ ਨੂੰ ਦੇਖ ਸਕਦੇ ਹੋ। ਪੰਜਾਬ ਪੁਲਿਸ PSSB ਜਾਂ ਫਿਰ ਇਹਨਾਂ ਦੇ ਨਾਲ ਹੀ ਤੁਸੀਂ ਹੋਰ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਇਸ ਸੀਰੀਜ਼ ਨੂੰ ਕੰਪਲੀਟ ਦੇਖ ਸਕਦੇ ਹੋ। ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਤੁਹਾਡੇ ਲਈ 25 ਕੁਸ਼ਚਨ ਲੈ ਕੇ ਆਏ ਹਾਂ, ਬਿਲਕੁਲ ਸੌਖੇ ਕੁਸ਼ਚਨ ਹੈ। 25 ਦੇ ਵਿੱਚੋਂ 25 ਦੇ 25 ਤੁਹਾਡੇ ਸਹੀ ਹੋਣੇ ਚਾਹੀਦੇ ਹੈ ਅਤੇ ਨਾਲ ਦੀ ਨਾਲ ਤੁਸੀਂ ਆਂਸਰ ਦੇਣ ਦੀ ਕੋਸ਼ਿਸ਼ ਕਰੋ। ਚੱਲਦਿਆਂ ਜੀ ਪਹਿਲੇ ਕੁਸ਼ਚਨ ਦੇ ਵੱਲ, ਕਲਾਸ ਨੂੰ ਹੁਣੇ ਲਾਈਕ ਕਰ ਦਿਓ। ਪਹਿਲਾ ਕੁਸ਼ਚਨ ਦੇਖੋ, ਜਦੋਂ ਕਿਸੇ ਦੁਖੀ ਵਿਅਕਤੀ ਨੂੰ ਢਾਰਸ ਦੇਣੀ ਹੋਵੇ ਜਾਂ ਦਿਲਾਸਾ ਦੇਣਾ ਹੋਵੇ, ਉਸਨੂੰ ਰਹਿਮ ਦੇਣਾ ਹੋਵੇ ਕੋਈ, ਤਾਂ ਕਿਹੜਾ ਮੁਹਾਵਰਾ ਵਰਤਿਆ ਜਾਂਦਾ? ਤਾਂ ਇੱਥੇ ਮੁਹਾਵਰਾ ਵਰਤਿਆ ਜਾਂਦਾ ਜੀ ਮਲਮ ਲਾਉਣਾ, ਜ਼ਖਮਾਂ ਦੇ ਉੱਤੇ ਮਲਮ ਲਾਉਣਾ। ਆਪਸ਼ਨ ਸੀ ਰਾਈਟ ਆਂਸਰ ਹੈ। ਜ਼ਖਮਾਂ 'ਤੇ ਲੂਣ ਛਿੜਕਣਾ, ਇਹ ਤਾਂ ਇਸ ਤੋਂ ਉਲਟ ਹੋ ਜਾਏਗਾ, ਤਾਂ ਇਸਦਾ ਰਾਈਟ ਆਂਸਰ ਆਪਸ਼ਨ ਸੀ ਹੈ, ਜ਼ਖਮਾਂ ਦੇ ਉੱਤੇ ਮਲਮ ਲਗਾਤੀ ਕਿਸੇ ਦਾ ਦੁੱਖ ਸਾਂਝਾ ਕਰ ਲਿਆ। ਅਗਲਾ ਕੁਸ਼ਚਨ ਹੈ, 2 ਨੰਬਰ ਕੁਸ਼ਚਨ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 2 ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਕਿਹੜੀ ਜੰਗ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ? ਤਾਂ ਸ਼ਹੀਦੀ ਕਿੱਥੇ ਪ੍ਰਾਪਤ ਕੀਤੀ ਸੀ? ਚਮਕੌਰ ਦੀ ਜੰਗ ਦੇ ਵਿੱਚ। ਆਪਸ਼ਨ ਡੀ ਰਾਈਟ ਆਂਸਰ ਹੈ, ਅਤੇ ਇਹ ਜੰਗ ਹੋਈ ਸੀ 1704-5 ਦੇ ਵਿੱਚ, ਠੀਕ ਹੈ। ਤਾਂ ਇਸਦਾ ਰਾਈਟ ਆਂਸਰ ਆਪਸ਼ਨ ਡੀ ਹੈ। ਤਾਂ ਇੱਥੇ ਜਿਹੜੇ ਵੱਡੇ ਸਾਹਿਬਜ਼ਾਦਿਆਂ ਨੇ, ਠੀਕ ਹੈ, ਜੰਗ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਸੀ ਚਮਕੌਰ ਦੀ ਜੰਗ ਦੇ ਵਿੱਚ। ਅਗਲਾ ਕੁਸ਼ਚਨ ਦੇਖੋ, 3ਰਾ ਕੁਸ਼ਚਨ, ਭਾਸ਼ਾ ਦੀ ਸਭ ਤੋਂ ਵੱਡੀ ਵਿਆਕਰਨਕ ਇਕਾਈ ਕਿਸ ਨੂੰ ਕਿਹਾ ਜਾਂਦਾ? ਭਾਸ਼ਾ ਦੀ ਜਦੋਂ ਆਪਾਂ ਬੇਸਿਕਸ ਨੂੰ ਦੇਖਦੇ ਹਾਂ, ਉਸ ਦੇ ਵਿੱਚ ਸਭ ਤੋਂ ਛੋਟੀ ਇਕਾਈ ਹੁੰਦੀ ਹੈ, ਇੱਕ ਸਭ ਤੋਂ ਵੱਡੀ ਇਕਾਈ ਹੋ ਜਾਂਦੀ ਹੈ। ਇੱਥੇ ਵੱਡੀ ਇਕਾਈ ਪੁੱਛਿਆ ਗਿਆ, ਸਭ ਤੋਂ ਵੱਡੀ ਇਕਾਈ ਕਿਹੜੀ ਹੈ? ਉਹ ਹੈ ਜੀ ਵਾਕ। ਜਦੋਂ ਕੋਈ ਵਾਕ ਬਣ ਗਿਆ, ਉਸ ਤੋਂ ਬਾਅਦ ਤਾਂ ਕੁਛ ਨਾ ਰਿਹਾ, ਠੀਕ ਹੈ। ਉਹ ਵਾਕ ਕਿੱਥੋਂ ਸ਼ੁਰੂ ਹੁੰਦਾ? ਉਹ ਇਸ ਤੋਂ ਛੋਟੀਆਂ ਇਕਾਈਆਂ ਹੋ ਗਈਆਂ। ਹੁਣ ਜੇਕਰ ਸਭ ਤੋਂ ਛੋਟੀ ਇਕਾਈ ਪੁੱਛ ਲਿਆ ਜਾਵੇ, ਸਭ ਤੋਂ ਛੋਟੀ ਇਕਾਈ ਹੋ ਜਾਂਦੀ ਜੀ ਧੁਨੀ। ਆਪਾਂ ਕੋਈ ਵੀ ਮੂੰਹ ਦੇ ਵਿੱਚੋਂ ਆਵਾਜ਼ ਕੱਢਦੇ ਹਾਂ, ਉਹ ਧੁਨੀ ਹੁੰਦੀ ਹੈ। ਆ ਕਹਿਤਾ ਜਾਂ ਊ ਕਹਿਤਾ, ਕੁਛ ਵੀ ਕਹਿਤਾ, ਉਹ ਇੱਕ ਧੁਨੀ ਹੋ ਗਈ। ਜਦੋਂ ਆਪਾਂ ਨੇ ਉਹ ਆ ਤੋਂ ਜੋੜ ਕੇ ਕੋਈ ਸ਼ਬਦ ਬਣਾ ਲਿਆ, ਉਹ ਇੱਕ ਸ਼ਬਦ ਹੋ ਗਿਆ। ਯਾਨੀ ਕਿ ਜੇਕਰ ਤਾਂ ਤੁਹਾਨੂੰ ਛੋਟੀ ਇਕਾਈ ਪੁੱਛ ਲਿਆ ਜਾਵੇ ਤਾਂ ਆਪਾਂ ਧੁਨੀ ਕਹਾਂਗੇ, ਜੇਕਰ ਸਾਰਥਿਕ ਇਕਾਈ ਪੁੱਛ ਲਿਆ ਜਾਵੇ, ਠੀਕ ਹੈ, ਵਿਆਕਰਨ ਦੀ, ਤਾਂ ਉਹ ਸ਼ਬਦ ਹੋ ਜਾਏਗਾ। ਕਿਉਂਕਿ ਧੁਨੀ ਜਦੋਂ ਕਿਸੇ ਨੇ ਅ ਕਹੀ ਗਿਆ, ਕੋਈ ਬੱਚਾ ਨਿਆਣਾ ਉਹਨੂੰ ਬੋਲਣਾ ਨਹੀਂ ਆਉਂਦਾ, ਉਹ ਇੱਕ ਧੁਨੀ ਪੈਦਾ ਕਰ ਰਿਹਾ, ਠੀਕ ਹੈ, ਉਸ ਦਾ ਕੋਈ ਮਤਲਬ ਨਹੀਂ ਹੈਗਾ। ਪਰ ਜਦੋਂ ਉਸਦਾ ਮਤਲਬ ਹੋਵੇ, ਆਪਾਂ ਕੋਈ ਸ਼ਬਦ ਇੱਥੇ ਬੋਲਿਆ ਭਾਸ਼ਾ, ਇੱਥੇ ਭਾਸ਼ਾ ਕਹਿਤਾ, ਤਾਂ ਉਹਦਾ ਕੋਈ ਮਤਲਬ ਨਿਕਲ ਰਿਹਾ, ਆਪਣੇ ਦਿਮਾਗ ਦੇ ਵਿੱਚ ਆ ਰਿਹਾ ਭਾਸ਼ਾ ਬੋਲੇ, ਤਾਂ ਉਹ ਸ਼ਬਦ ਹੋ ਗਿਆ, ਉਹ ਇੱਕ ਸਾਰਥਿਕ ਇਕਾਈ ਹੋ ਗਈ। ਅਤੇ ਛੋਟੀ ਤੋਂ ਛੋਟੀ ਇਕਾਈ ਧੁਨੀ ਹੈ, ਛੋਟੀ ਤੋਂ ਛੋਟੀ ਸਾਰਥਿਕ ਇਕਾਈ ਸ਼ਬਦ ਹੈ। ਵੱਡੀ ਤੋਂ ਵੱਡੀ ਇਕਾਈ ਕਿਹੜੀ ਹੋ ਗਈ? ਉਹ ਹੋ ਗਿਆ ਜੀ ਵਾਕ। ਵਾਕ ਜਦੋਂ ਵਾਕ ਹੀ ਬਣਾ ਤਾ, ਉਸ ਤੋਂ ਬਾਅਦ ਤਾਂ ਫਿਰ ਕੁਛ ਨਾ ਰਿਹਾ, ਸ਼ਬਦ ਵਗੈਰਾ ਸਾਰਾ ਕੁਛ ਇਸ ਦੇ ਵਿੱਚ ਹੀ ਆ ਜਾਏਗਾ। ਨਾਮ ਤਾਂ ਫਿਰ ਕਿਸੇ ਦਾ ਨਾਮ ਹੋ ਗਿਆ, ਜਦੋਂ ਆਪਾਂ ਕਿਸੇ ਦਾ ਨਾਮ ਉਚਾਰ ਲੈਂਦੇ ਹਾਂ, ਤਾਂ 4 ਆਪਸ਼ਨਾਂ ਦੇਖ ਸਕਦੇ ਹੋ। ਅਗਲਾ ਕੁਸ਼ਚਨ ਹੈ, 4ਾ, ਪੰਜਾਬ ਦੇ ਵਿੱਚ ਸਭ ਤੋਂ ਪ੍ਰਸਿੱਧ ਕਿਸਾਨ ਮੇਲਾ ਕਿੱਥੇ ਲੱਗਦਾ ਹੈ? ਦੇਖੋ ਜੀ, ਪੰਜਾਬ ਦੇ ਵਿੱਚ ਕਿਸਾਨ ਮੇਲਾ, ਜਿੱਦਾਂ ਕਿ ਆਪਾਂ ਦੇਖਦੇ ਹਾਂ ਵਿਸਾਖੀ ਦਾ ਪਰਵ ਆਉਂਦਾ, ਉੱਥੇ ਲੱਗਦੇ ਹੈ, ਇੱਦਾਂ ਮੇਲੇ ਲੱਗਦੇ ਰਹਿੰਦੇ ਆ। ਪਰ ਜਿਹੜਾ ਪ੍ਰਸਿੱਧ ਮੇਲਾ ਉੱਥੇ ਇਹ ਪੁੱਛਿਆ ਗਿਆ, ਤਾਂ ਜਿਹੜਾ ਸਾਰਿਆਂ ਤੋਂ ਪ੍ਰਸਿੱਧ ਮੇਲਾ ਲੱਗੇਗਾ ਉਹ ਹੈ ਜੀ ਆਪਸ਼ਨ ਬੀ, ਲੁਧਿਆਣਾ ਦੇ ਵਿੱਚ, ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਇੱਥੇ ਲੱਗਦਾ ਜੀ ਕਿਸਾਨ ਮੇਲਾ। ਆਪਸ਼ਨ ਬੀ ਰਾਈਟ ਆਂਸਰ ਹੈ, ਧਿਆਨ ਦੇ ਵਿੱਚ ਰੱਖਿਓ। ਅਗਲਾ ਕੁਸ਼ਚਨ ਹੈ, 5 ਨੰਬਰ, ਮੂਲ ਰੂਪ ਦੇ ਵਿੱਚ ਅਰਥ ਦੇ ਪੱਖੋਂ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਹੁਣ ਦੇਖੋ, ਮੂਲ ਰੂਪ ਦੇ ਵਿੱਚ ਕਹਿਤਾ ਅਤੇ ਨਾਲ ਅਰਥ ਦੇ ਪੱਖੋਂ ਵੀ ਕਹਿਤਾ। ਹੁਣ ਕੋਈ ਸ਼ਬਦ ਹੈ, ਜਿੱਦਾਂ ਆਪਾਂ ਉੱਪਰ ਵੀ ਤੁਹਾਡੇ ਲਈ ਗੱਲ ਕਰਕੇ ਆਏ ਹਾਂ ਉੱਪਰ, ਕਿ ਸ਼ਬਦ 2 ਤਰ੍ਹਾਂ ਦੇ ਹੁੰਦੇ ਆ। ਇੱਕ ਤਾਂ ਜਿਹੜਾ ਆਪਾਂ ਨੇ ਸ਼ਬਦ ਬੋਲਤਾ, ਇੱਕ ਮਤਲਬ ਬੋਲਤਾ, ਉਸਦਾ ਅਰਥ ਨਿਕਲ ਰਿਹਾ। ਜਿੱਦਾਂ ਆਪਾਂ ਨੇ ਇੱਥੇ ਕਹਿਤਾ ਰੋਟੀ ਖਾ ਲਓ, ਆਪਾਂ ਨੇ ਕਹਿਤਾ ਰੋਟੀ, ਜਦੋਂ ਰੋਟੀ ਕਹਿਤਾ ਤਾਂ ਤੁਹਾਨੂੰ ਸਮਝ ਆ ਗਿਆ ਕਿ ਉਹ ਰੋਟੀ, ਉਸ ਦੀ ਗੱਲ ਕੀਤੀ ਜਾ ਰਹੀ ਹੈ, ਤੁਹਾਡੇ ਦਿਮਾਗ ਦੇ ਵਿੱਚ ਨਾਲ ਦੀ ਨਾਲ ਇਮੇਜ ਆ ਜਾਏਗੀ ਰੋਟੀ ਦੀ। ਜਦੋਂ ਆਪਾਂ ਨੇ ਕਹਿਤਾ ਰੋਟੀ ਦੀ ਜਗ੍ਹਾ 'ਤੇ ਆਪਾਂ ਨੇ ਕਹਿਤਾ ਰਾਟੀ ਖਾ ਲਓ, ਠੀਕ ਹੈ, ਰੋਟੀ ਰਾਟੀ ਆਪਾਂ ਸ਼ਬਦ ਵੈਸੇ ਵਰਤ ਲੈਂਦੇ ਹਾਂ, ਰੋਟੀ ਰਾਟੀ ਕਹਿ ਦਿੰਦੇ ਹਾਂ, ਰੋਟੀ ਰਾਟੀ ਖਾ ਲਿਆ ਕਰੋ, ਤਾਂ ਇੱਥੇ ਸ਼ਬਦ ਹੋ ਗਿਆ। ਜਿਹੜਾ ਤਾਂ ਰੋਟੀ ਸ਼ਬਦ ਹੈ ਉਹ ਹੋ ਗਿਆ ਇੱਕ ਸਾਰਥਕ ਸ਼ਬਦ, ਅਤੇ ਆਹ ਜਿਹੜਾ ਰਾਟੀ ਸ਼ਬਦ ਹੋ ਗਿਆ ਇਹ ਕੀ ਹੋ ਗਿਆ ਜੀ, ਇਹ ਇੱਕ ਨਿਰਾਰਥਕ ਸ਼ਬਦ ਹੋ ਗਿਆ। ਹੁਣ ਜਿਹੜਾ ਸਾਰਥਕ ਸ਼ਬਦ ਹੈ ਉਹਨੂੰ ਚਾਹੇ ਤੁਸੀਂ ਇਕੱਲਾ ਬੋਲ ਦਿਓ, ਜਿੱਦਾਂ ਆਪਾਂ ਨੇ ਕਹਿਤਾ ਰੋਟੀ ਖਾ ਲਓ, ਤਾਂ ਆਪਣੇ ਦਿਮਾਗ ਦੇ ਵਿੱਚ ਰੋਟੀ ਦਾ ਇਮੇਜ ਆ ਗਈ, ਹਾਂ ਖਾ ਲਾਂਗੇ, ਆਪਾਂ ਸਿੱਧਾ ਆਨਸਰ ਦੇ ਦਾਂਗੇ। ਜਦੋਂ ਕਹਿਤਾ ਰਾਟੀ ਖਾ ਲਓ ਕੋਈ ਅਰਥ ਨਹੀਂ ਬਣਿਆ, ਪਰ ਜਿਹੜਾ ਸਾਰਥਕ ਸ਼ਬਦ ਹੋਏਗਾ ਉਸਨੂੰ ਇਕੱਲੇ ਨੂੰ ਵੀ ਵਰਤ ਸਕਦੇ ਹਾਂ, ਜਿਹੜਾ ਨਿਰਾਰਥਕ ਸ਼ਬਦ ਹੋਏਗਾ ਨਾ ਉਹ ਸਾਰਥਕ ਸ਼ਬਦ ਦੇ ਨਾਲ ਹੀ ਵਰਤਣਾ ਪਏਗਾ, ਜਿੱਦਾਂ ਰੋਟੀ ਰਾਟੀ ਆਪਾਂ ਕਹਿ ਦਿੰਦੇ ਹਾਂ, ਇਕੱਠਾ ਵਰਤਣਾ ਪਵੇਗਾ। ਹੁਣ ਦੇਖੋ ਸ਼ਬਦ ਕਿੰਨੇ ਤਰ੍ਹਾਂ ਦੇ ਹੋ ਗਏ, ਇਹ ਤਾਂ ਹੋ ਗਿਆ ਸਾਰਥਕ ਸ਼ਬਦ, ਇਹ ਕਿਹੜਾ ਹੋ ਗਿਆ ਨਿਰਾਰਥਕ,
ਠੀਕ ਹੈ। ਕਿੰਨੇ ਤਰ੍ਹਾਂ ਦੇ ਹੋ ਗਏ ਸ਼ਬਦ? ਇਹ ਹੋ ਗਏ ਜੀ ਦੋ ਤਰ੍ਹਾਂ ਦੇ। ਲਓ ਜੀ, ਇੱਕ ਸਾਰਥਕ ਹੋ ਗਿਆ, ਇੱਕ ਨਿਰਾਰਥਕ ਹੋ ਗਿਆ, ਧਿਆਨ ਦੇ ਵਿੱਚ ਰੱਖਿਓ। ਇੱਕ ਚੀਜ਼ ਹੋਰ ਆ ਜਾਂਦੀ ਹੈ ਜਦੋਂ ਆਪਾਂ ਵਰਤੋਂ ਦੇਖ ਲੈਂਦੇ ਹਾਂ, ਜਿੱਦਾਂ ਇੱਥੇ ਕੀ ਹੋ ਗਿਆ, ਅਰਥ ਦੇ ਪੱਖੋਂ ਸ਼ਬਦ ਹੈ, ਅਰਥ ਨਿਕਲਦਾ ਜਾਂ ਨਹੀਂ ਆਪਾਂ ਨੇ ਇਹ ਦੇਖ ਲਿਆ। ਅਰਥ ਦੇ ਪੱਖੋਂ ਕਿੰਨੇ ਤਰ੍ਹਾਂ ਦੇ ਹੋ ਗਏ? ਦੋ, ਕਿਉਂਕਿ ਇੱਕ ਦਾ ਅਰਥ ਨਿਕਲ ਰਿਹਾ, ਇੱਕ ਦਾ ਨਹੀਂ ਨਿਕਲ ਰਿਹਾ, ਦੋ ਤਰ੍ਹਾਂ ਦੇ ਆਪਾਂ ਨੇ ਕਰਤੇ। ਜਦੋਂ ਉਹਦਾ ਆਪਾਂ ਕਾਰਜ ਦੇ ਆਧਾਰ ਦੇ ਉੱਤੇ ਦੇਖਦੇ ਹਾਂ, ਮੰਨ ਲਓ ਰਾਮ ਸਕੂਲ ਜਾਂਦਾ, ਉੱਥੇ ਆਪਾਂ ਨੇ ਕੋਈ ਕੰਮ ਲਿਆ, ਆਪਾਂ ਨੇ ਮੰਨ ਲਓ ਕੋਈ ਕਾਰਜ ਦੇਖਿਆ ਵੀ ਰਾਮ ਹੈ ਜਿਹੜਾ, ਠੀਕ ਹੈ, ਜਾਂ ਉਹ ਸਕੂਲ ਜਾਂਦਾ ਉਹਦਾ ਕੰਮ ਹੋਰ ਆ ਗਿਆ, ਠੀਕ ਹੈ, ਪ੍ਰਣਾਮ ਬਣਾਤਾ ਪਹਿਲਾਂ ਨਾਮ ਸੀ ਉਹਦੇ, ਉਸ ਤੋਂ ਬਾਅਦ ਕਿਰਿਆ ਬਣਾਤੀ ਕੋਈ, ਜਿਹੜੀਆਂ ਇਹ ਸ਼ਬਦ ਚੀਜ਼ਾਂ ਆ ਗਈਆਂ ਨਾ, ਨਾਮ ਪ੍ਰਣਾਮ ਕਿਰਿਆ, ਕਿਰਿਆ ਵਿਸ਼ੇਸ਼ਣ, ਵਿਸ਼ੇਸ਼ਣ ਹੋ ਗਿਆ, ਇਹ ਸਾਰੇ ਹੋ ਗਏ ਜਦੋਂ ਇਹ ਕਾਰਜ ਦੇ ਆਧਾਰ ਦੇ ਉੱਤੇ ਵੰਡ ਕਰ ਦਿੰਦੇ ਹਾਂ। ਉਹ ਕਿੰਨੇ ਬਣ ਜਾਂਦੇ? ਉਹ ਕੁੱਲ 8 ਬਣ ਜਾਂਦੇ ਆ, ਇਹ ਧਿਆਨ ਦੇ ਵਿੱਚ ਰੱਖਿਓ। ਅਗਲਾ ਕੁਐਸਚਨ ਹੈ 6 ਨੰਬਰ, ਜੋ ਸੁੱਖ ਛੱਜੂ ਦੇ ਚਵਾਰੇ ਉਹ ਬਲਖ ਨਾ ਉਖਾਰੇ, ਇਹ ਅਖਾਣ ਹੈ, ਇਸ ਨੂੰ ਸਮਝਾਉਣ ਦੇ ਲਈ ਕਿਹੜੇ ਅਰਥ ਨੇ ਜਿਹੜੇ ਉਹ ਵਰਤੇ ਜਾਂਦੇ ਆ, ਮਤਲਬ ਕਿ ਇਸਦਾ ਅਰਥ ਕੀ ਹੁੰਦਾ ਇਸ ਅਖਾਣ ਦਾ, ਤਾਂ ਉਹ ਦੇਖੋ ਤੁਸੀਂ। ਆਪਣੇ ਘਰ ਵਰਗਾ ਆਰਾਮ ਅਤੇ ਆਨੰਦ ਹੋਰ ਕਿਧਰੇ ਨਹੀਂ ਹੁੰਦਾ। ਲਓ ਜੀ, ਪਹਿਲਾਂ ਹੀ ਇਸਦਾ ਰਾਈਟ ਆਂਸਰ ਹੈ, ਬਾਕੀ ਨਹੀਂ ਹੈਗੇ। ਦੇਖੋ, ਆਪਣਾ ਕੰਮ ਸਮੇਂ ਸਿਰ ਕਰਨਾ ਚਾਹੀਦਾ, ਨਹੀਂ, ਗੱਲਾਂ ਨਾਲ ਹਮਦਰਦੀ ਕਰਨ ਵਾਲੇ ਔਖੇ ਸਮੇਂ ਦੇ ਵਿੱਚ ਪਿੱਠ ਦਿਖਾ ਜਾਂਦੇ ਹਨ, ਨਹੀਂ, ਮਨੁੱਖ ਦਾ ਸੁਭਾਅ ਉਸਦੀ ਜੀਵਨ ਸ਼ੈਲੀ ਗਲਤ ਹੈ। ਤਾਂ ਇਸਦਾ ਰਾਈਟ ਆਂਸਰ ਇਹੀ ਹੈ, ਜੋ ਸੁੱਖ ਛੱਜੂ ਦੇ ਚਵਾਰੇ ਵਿੱਚ ਹੈ, ਨਾ ਉਹ ਬਲਖ ਦੇ ਵਿੱਚ, ਨਾ ਬੁਖਾਰੇ ਦੇ ਵਿੱਚ। ਅਗਲਾ ਕੁਐਸਚਨ ਹੈ 7 ਨੰਬਰ, ਗੁਰਮੁਖੀ ਵਰਨਮਾਲਾ ਦੀ ਨਵੀਨ ਟੋਲੀ ਹੈ ਜਿਹੜੀ, ਜਾਂ ਨਵੀਨ ਵਰਗ ਹੈ, ਉਸਦਾ ਕਿਹੜਾ ਅੱਖਰ ਹੈ ਜਿਹੜਾ ਸਭ ਤੋਂ ਅੰਤ ਦੇ ਵਿੱਚ ਸ਼ਾਮਿਲ ਕੀਤਾ ਗਿਆ, ਲੇਟੈਸਟ ਅੱਖਰ ਹੈ ਜਿਹੜਾ ਸਾਰਿਆਂ ਤੋਂ ਬਾਅਦ ਦੇ ਵਿੱਚ ਸ਼ਾਮਿਲ ਕੀਤਾ ਗਿਆ? ਲੱਲਾ, ਲੱਲੇ ਦੇ ਪੈਰ ਦੇ ਵਿੱਚ ਬਿੰਦੀ ਹੈ, ਲੱਲਾ ਪੈਰ ਬਿੰਦੀ, ਇਹ ਸਭ ਤੋਂ ਬਾਅਦ ਦੇ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਭਾਸ਼ਾ ਵਿਭਾਗ ਦੇ ਦੁਆਰਾ ਇਸ ਨੂੰ ਜੋੜਿਆ ਗਿਆ, ਧਿਆਨ ਦੇ ਵਿੱਚ ਰੱਖ ਲਿਓ। 41ਵਾਂ ਅੱਖਰ ਹੈਗਾ ਇਹ। ਕੁਐਸਚਨ ਨੰਬਰ 8, ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹੜੇ ਸਿੱਖ ਗੁਰੂਆਂ ਦੇ ਨਾਂ ਦੇ ਉੱਤੇ ਸਿੱਕੇ ਜਾਰੀ ਕੀਤੇ, ਕਿਹੜੇ ਗੁਰੂ ਸਾਹਿਬਾਨਾਂ ਦੇ ਨਾਮ ਦੇ ਉੱਤੇ ਸਿੱਕੇ ਜਾਰੀ ਕੀਤੇ ਮਹਾਰਾਜਾ ਰਣਜੀਤ ਸਿੰਘ ਨੇ? ਤਾਂ ਉਹ ਕੀਤੇ ਸੀ ਗੁਰੂ ਨਾਨਕ ਦੇਵ ਜੀ, ਤਾਂ ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਨਹੀਂ ਸੀ, ਤਾਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ, ਆਪਸ਼ਨ ਬੀ ਰਾਈਟ ਆਂਸਰ ਹੈ, ਇਹਨਾਂ ਦੋਨੋਂ ਗੁਰੂ ਸਾਹਿਬਾਨਾਂ ਦੇ ਲਈ ਸਿੱਕੇ ਜਾਰੀ ਕੀਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ। ਅਤੇ ਇਸ ਤੋਂ ਪਹਿਲਾਂ ਕਿੰਨਾਂ ਨੇ ਕੀਤੇ ਸੀ? ਇੱਕ ਕੀਤੇ ਸੀ ਮਹਾਰਾਜਾ ਆਪਣਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਸਿੱਖ ਰਾਜ ਕਾਇਮ ਕੀਤਾ 1710 ਦੇ ਆਸ ਪਾਸ, ਸ਼ਾਇਦ 1710 ਦੇ ਵਿੱਚ ਜਦੋਂ ਸਿੱਖ ਰਾਜ ਕਾਇਮ ਕੀਤਾ, ਉਸ ਟਾਈਮ ਸਿੱਕੇ ਜਾਰੀ ਕੀਤੇ ਸੀ। ਸਿੱਕਾ ਜਦਵਰ ਹਰ ਦੋ ਆਲਮ ਜਿਹੜਾ ਆਪਾਂ ਸੁਣਦੇ ਹਾਂ, ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਸ ਤੋਂ ਪਹਿਲਾਂ 1710 ਦੇ ਆਸ ਪਾਸ ਜਾਰੀ ਕਰਤੇ ਸੀ, ਅਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ, ਉਸ ਤੋਂ ਬਾਅਦ ਫਿਰ ਮਿਸਲਾਂ ਦੁਆਰਾ ਵੀ ਇੱਦਾਂ ਚੱਲਦਾ ਰਿਹਾ। ਅਗਲਾ ਕੁਐਸਚਨ ਹੈ ਦੇਖੋ 9 ਨੰਬਰ, ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਉਪਭਾਸ਼ਾ ਪੂਰਬੀ ਪੰਜਾਬ ਦੀ ਨਹੀਂ, ਪੂਰਬੀ ਪੰਜਾਬੀ ਦੀ ਨਹੀਂ, ਜਾਂ ਪੂਰਬੀ ਪੰਜਾਬ ਦੀ ਨਹੀਂ, ਜੋ ਵੀ ਤੁਸੀਂ ਸਮਝੋ, ਪੁਆਧੀ ਬੋਲੀ ਜਾਂਦੀ ਹੈ ਪੂਰਬੀ ਦੇ ਵਿੱਚ, ਮਾਝੀ, ਦੁਆਬੀ, ਮਲਵਈ, ਇਹ ਸਾਰੀਆਂ ਪੰਜਾਬ ਦੇ ਵਿੱਚ ਨੇ, ਜਿਹੜੀ ਸਰਾਇਕੀ ਹੈ ਉਹ ਨਹੀਂ ਹੈਗੀ ਪੂਰਬੀ ਪੰਜਾਬ ਦੇ ਵਿੱਚ। ਅਗਲਾ ਕੁਐਸਚਨ 10ਵਾਂ, ਸਤੀਆਂ ਇਹ ਨਾ ਆਖੀਅਨ ਜੋ ਮੜੀਆਂ ਲੱਗ ਜਲਨ, ਨਾਨਕ ਸਤੀਆਂ ਜਾਣੀਅਨ ਜੇ ਬਿਰਹੇ ਝੋਟ ਮਰਨ। ਤਾਂ ਇਹ 17 ਆਖ ਕੇ ਕਿਹੜੇ ਗੁਰੂ ਸਾਹਿਬਾਨ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ? ਲਓ ਜੀ, ਹੁਣ ਦੱਸੋ, ਇੱਥੇ ਇੱਕ ਚੀਜ਼ ਇੱਥੇ ਇਹ ਆ ਜਾਂਦੀ ਹੈ, ਆਪਾਂ ਦੇਖਦੇ ਹਾਂ ਇੱਥੇ ਨਾਨਕ ਸ਼ਬਦ ਆ ਗਿਆ, ਤਾਂ ਇਹ ਬਾਬਾ ਨਾਨਕ ਨੇ ਲਿਖੀ ਹੋਣੀ, ਆਪਾਂ ਨਾਲ ਦੀ ਨਾਲ ਚੇਪ ਦਿੰਦੇ ਆਂਸਰ, ਤਾਂ ਇੱਥੇ ਗਲਤੀ ਹੋ ਜਾਏਗੀ। ਤਾਂ ਇਸਦਾ ਰਾਈਟ ਆਂਸਰ ਕੀ ਹੈ? ਇਸਦਾ ਰਾਈਟ ਆਂਸਰ ਹੈ ਗੁਰੂ ਅਮਰਦਾਸ ਜੀ, ਆਪਸ਼ਨ ਸੀ ਰਾਈਟ ਆਂਸਰ ਹੈ, ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ ਸੀ। ਜਿੱਦਾਂ ਆਪਾਂ ਦੇਖਦੇ ਹਾਂ ਅਕਬਰ ਤੋਂ ਕਾਨੂੰਨ ਬਣਵਾਏ ਸਤੀ ਪ੍ਰਥਾ ਦੇ ਲਈ, ਤਾਂ ਉਸ ਪ੍ਰਥਾ ਦਾ ਖੰਡਨ ਕੀਤਾ ਗੁਰੂ ਅਮਰਦਾਸ ਜੀ ਨੇ, ਆਪਸ਼ਨ ਸੀ ਆਪਣਾ ਰਾਈਟ ਆਂਸਰ ਹੋ ਜਾਏਗਾ। ਦੇਖੋ, ਸਤੀਆਂ ਇਹ ਨਾ ਆਖੀਆਂ ਜੋ ਮੜੀਆਂ ਲੱਗ ਜਲਨ, ਨਾਨਕ ਸਤੀਆਂ ਜਾਣੀਆਂ ਜੇ ਬਿਰਹੇ ਝੁੱਟ ਮਰਨ। ਤਾਂ ਇਹ 17 ਉਚਾਰੀਆਂ ਸੀ ਗੁਰੂ ਸਾਹਿਬਾਨ ਨੇ, ਕਿਹੜੇ ਰਾਗ ਦੇ ਵਿੱਚ ਆ ਜਾਂਦੀਆਂ ਨੇ ਇਹ ਵੀ ਪੇਪਰ ਦੇ ਵਿੱਚ ਪੁੱਛਿਆ ਗਿਆ, ਪਰ ਉਹ ਟੀਚਿੰਗ ਦੇ ਵਿੱਚ ਜ਼ਿਆਦਾ ਪੁੱਛਦੇ ਹੈ ਕਿ ਇਹ 17 ਨੇ ਜਿਹੜੀਆਂ, ਠੀਕ ਹੈ, ਕਿਹੜੀ ਉਸ ਦੇ ਵਿੱਚ ਸੀਗੀਆਂ, ਕਿਹੜੇ ਰਾਗ ਦੇ ਵਿੱਚ, ਸੂਹੀ ਦੇ ਵਿੱਚ ਹੈ। ਲਓ ਜੀ, ਇਹ ਧਿਆਨ ਦੇ ਵਿੱਚ ਰੱਖ ਲਿਓ, ਠੀਕ ਹੈ। ਆਪਸ਼ਨ ਸੀ ਆਪਣਾ ਰਾਈਟ ਆਂਸਰ ਹੈ, ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ ਸੀ ਇਹਨਾਂ 17 ਦੇ ਨਾਲ। ਅਗਲਾ ਕੁਐਸਚਨ ਹੈ 11ਵਾਂ, ਗੁਰਮੁਖੀ ਗਿਣਤੀ ਦੇ ਵਿੱਚ ਲਿਖੇ ਸਵਾਚਾਰ ਨੂੰ ਅੰਗਰੇਜ਼ੀ ਦੇ ਵਿੱਚ ਕਿਸ ਤਰ੍ਹਾਂ ਲਿਖਿਆ ਜਾਵੇਗਾ? ਲਓ ਜੀ, ਜਿਹੜੇ ਸਵਾਚਾਰ ਆਪਾਂ ਕਹਿੰਦੇ ਹਾਂ ਕਿ ਸਵਾਚਾਰ ਹੋ ਗਏ, ਸਵਾਚਾਰ ਨੂੰ ਜਦੋਂ ਆਪਾਂ ਇੰਗਲਿਸ਼ ਵਾਲੇ ਦੇ ਵਿੱਚ ਦੇਖਣਾ ਹੋਵੇ, ਰੋਮਨ ਦੇ ਵਿੱਚ ਜਾਂ ਅੰਗਰੇਜ਼ੀ ਦੇ ਵਿੱਚ ਦੇਖਣਾ ਹੋਵੇ, ਉਹ ਕਿੱਦਾਂ ਹੋਏਗਾ? ਤਾਂ ਉਹ ਹੋਏਗਾ, ਦੇਖੋ ਜੀ, ਚਾਰ ਤੋਂ ਉੱਪਰ ਹੀ ਹੋਏਗਾ ਨਾ, ਚਾਰ ਤਾਂ ਕੰਪਲੀਟ ਹੋ ਗਿਆ। ਉਸ ਤੋਂ ਬਾਅਦ ਕੀ ਹੋ ਜਾਂਦਾ? ਚਾਰ ਦੇ ਨਾਲ 1/4 ਲੱਗ ਜਾਏਗਾ। ਲਓ ਜੀ, ਇਹੀ ਹੋ ਗਿਆ ਸਵਾਚਾਰ, ਜੇਕਰ ਆਪਾਂ ਨੇ ਇੱਦਾਂ ਦੇਖਣਾ ਹੋਵੇ ਚਾਰ ਦੇ ਨਾਲ। ਅਤੇ ਉਸ ਤੋਂ ਬਾਅਦ ਕੀ ਹੋ ਜਾਂਦਾ? ਦੇਖੋ, ਜਾਂ ਇੱਦਾਂ ਕਹਿ ਲਓ 4.25 ਕਰ ਲਓ, 25 ਫੇਰ 25 ਫੇਰ 25 ਫੇਰ, ਤਾਂ ਇੱਦਾਂ
25 25 ਦੇ ਚਾਰ ਹਿੱਸੇ, ਆਹ ਪਹਿਲਾ 25 ਦੇ ਨਾਲ ਆ ਗਿਆ, ਚਾਰ ਤਾਂ ਕੰਪਲੀਟ ਨੇ ਅਤੇ ਉਸ ਦੇ ਨਾਲ ਇੱਕ ਕੁਆਟਰ ਆ ਗਿਆ 25%, ਠੀਕ ਹੈ, ਇੱਦਾਂ ਸਮਝ ਲਓ ਪੂਰੇ ਇੱਕ ਦੇ ਵਿੱਚੋਂ। ਅਤੇ 4 1/4 ਇਹ ਇਸਦਾ ਰਾਈਟ ਆਨਸਰ ਹੋ ਜਾਏਗਾ, ਅਤੇ 4 1/2 ਤਾਂ 4.5 ਹੋ ਜਾਏਗਾ, ਅਤੇ 4 3/4 ਇਹ ਤਾਂ 4.25 ਹੋ ਜਾਏਗਾ, ਅਤੇ 4 ਤੋਂ ਲੈਸ ਦੈਨ ਇਹ ਨਹੀਂ ਹੈਗਾ, ਤਾਂ ਆਪਸ਼ਨ ਬੀ ਰਾਈਟ ਆਨਸਰ ਹੈ। ਕਲਾਸ ਜਿਨ੍ਹਾਂ ਨੇ ਲਾਈਕ ਨਹੀਂ ਕੀਤੀ ਪਲੀਜ਼ ਇੱਕ ਲਾਈਕ ਜ਼ਰੂਰ ਕਰਨਾ ਬਣਦਾ ਹੈ। ਜਿਹੜਾ ਕੁਝ ਵੱਡਿਆਂ ਵਡੇਰਿਆਂ ਦੇ ਕੋਲੋਂ ਆਪਾਂ ਨੂੰ ਮਿਲੇ ਉਸਨੂੰ ਕੀ ਕਹਿੰਦੇ ਹਨ, ਵੱਡੇ ਵਡੇਰਿਆਂ ਤੋਂ ਜਿਹੜੀ ਚੀਜ਼ ਆਪਾਂ ਨੂੰ ਮਿਲਦੀ ਹੈ ਉਹ ਕੀ ਹੁੰਦਾ, ਆਪਣਾ ਵਿਰਸਾ ਹੁੰਦਾ ਬਿਲਕੁਲ, ਅਤੇ ਵਿਰਾਸਤ ਵੀ ਹੁੰਦੀ ਹੈ। ਇਹ ਦੋਨੋਂ ਰਾਈਟ ਆਨਸਰ ਨੇ। ਅਤੇ ਇਹ ਜਿਹੜਾ ਕੁਸ਼ਚਨ ਹੈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਜਿਹੜਾ ਆਪਾਂ ਦੇਖਦੇ ਹਾਂ ਉੱਥੋਂ ਕੁਸ਼ਚਨ ਬਣਿਆ ਹੋਇਆ। ਅਗਲਾ ਕੁਸ਼ਚਨ ਦੇਖੋ 13, ਜਦੋਂ ਇਹ ਦੱਸਿਆ ਜਾਵੇ ਕਿ ਦੁਸ਼ਮਣੀ ਕਰਨ ਦੇ ਵਿੱਚ ਦੋਹੇ ਧਿਰਾਂ ਦਾ ਨੁਕਸਾਨ ਹੁੰਦਾ ਹੈ ਤਾਂ ਕਿਹੜਾ ਅਖਾਣ ਵਰਤਿਆ ਜਾਂਦਾ ਹੈ। ਲਓ ਜੀ, ਕਿਹੜਾ ਅਖਾਣ ਹੋਏਗਾ ਦੋਹੇ ਧਿਰਾਂ ਦਾ ਨੁਕਸਾਨ ਦਿਖਾਉਣ ਦੇ ਲਈ, ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਨੇ, ਬਿਲਕੁਲ ਰਾਈਟ ਆਨਸਰ ਹੈ। ਧੋਬੀ ਦਾ ਕੁੱਤਾ ਨਾ ਮਚਲਾ ਨਹੀਂ ਹੈਗਾ, ਤਾਂ ਇਸਦਾ ਰਾਈਟ ਆਨਸਰ ਇਹੀ ਹੈ, ਭੱਜਦਿਆਂ ਨੂੰ ਵਾਹਣ ਇੱਕੋ ਜਿਹੇ, ਦੋਹੇ ਧਿਰਾਂ ਨੂੰ ਇੱਕੋ ਜਿਹਾ ਨੁਕਸਾਨ ਹੋਏਗਾ। ਅਗਲਾ ਕੁਸ਼ਚਨ ਹੈ 14, ਉੱਚੀ ਪਦਵੀ ਵਾਲੇ ਲੋਕ ਵੀ ਇਸ ਸਮਾਜ ਦੇ ਵਿੱਚ ਰਹਿੰਦੇ ਹਨ। ਇੱਥੇ ਆਪਾਂ ਨੂੰ ਇੱਕ ਵਾਕ ਦੇ ਦਿੱਤਾ, ਦੇਖੋ ਉੱਚੀ ਪਦਵੀ ਵਾਲੇ ਲੋਕ ਵੀ ਇਸ ਸਮਾਜ ਵਿੱਚ ਰਹਿੰਦੇ ਹਨ। ਇਸ ਵਾਕ ਦੇ ਵਿੱਚ ਗੁਣਵਾਚਕ ਵਿਸ਼ੇਸ਼ਣ ਦੀ ਆਪਾਂ ਨੇ ਚੋਣ ਕਰਨੀ ਹੈ, ਗੁਣਵਾਚਕ ਵਿਸ਼ੇਸ਼ਣ ਕਿਹੜਾ ਹੋਏਗਾ। ਦੇਖੋ ਤਾਂ ਉੱਚੀ ਪਦਵੀ, ਪਦਵੀ ਕੀ ਹੈ, ਪਦਵੀ ਦੇ ਨਾਲ ਉੱਚੀ ਲੱਗ ਗਿਆ, ਪਦਵੀ ਮੰਨ ਲਓ ਕੁਛ ਬੰਦੇ ਦਾ ਰੁਤਬਾ ਸੀ, ਇੱਕ ਪਦਵੀ ਹੈ, ਅਤੇ ਉਹ ਪਦਵੀ ਹੈ ਜਿਹੜੀ ਉੱਚੀ ਹੈ ਉਸਦੀ ਵਿਸ਼ੇਸ਼ਤਾ ਦੱਸਤੀ, ਠੀਕ ਹੈ, ਉੱਚੀ ਪਦਵੀ ਕਹਿਤਾ ਉਸ ਦੇ ਨਾਲ, ਜਾਂ ਇੱਦਾਂ ਵੀ ਤੁਹਾਨੂੰ ਕੁਸ਼ਚਨ ਬਣ ਜਾਏਗਾ ਕਿ ਨਾਮ ਤੋਂ ਪਹਿਲਾਂ ਆ ਜਾਏ, ਵਿਸ਼ੇਸ਼ਣ ਹੁੰਦਾ ਜਿਹੜਾ ਨਾਮ ਤੋਂ ਪਹਿਲਾਂ ਆ ਜਾਏ। ਮੁੰਡਾ, ਮੁੰਡਾ ਕੀ ਹੈ, ਇੱਕ ਨਾਮ ਹੋ ਗਿਆ ਮੰਨ ਲਓ, ਠੀਕ ਹੈ, ਮੁੰਡਾ ਨਾਮ ਹੋ ਗਿਆ, ਇੱਥੇ ਬਣਾਤਾ ਸੋਹਣਾ ਮੁੰਡਾ, ਲਓ ਜੀ ਉਸ ਦੇ ਸਾਹਮਣੇ ਕੀ ਲੱਗ ਗਿਆ, ਉਹਦੀ ਵਿਸ਼ੇਸ਼ਤਾ ਦੱਸਤੀ ਸੋਹਣਾ ਮੁੰਡਾ। ਇਹ ਧਿਆਨ ਦੇ ਵਿੱਚ ਰੱਖਿਓ ਕਿ ਜਿਹੜਾ ਵਿਸ਼ੇਸ਼ਣ ਹੋਏਗਾ ਉਸ ਤੋਂ ਪਹਿਲਾਂ ਆ ਜਾਂਦਾ ਨਾਮ ਤੋਂ। ਉੱਚੀ ਪਦਵੀ, ਉੱਥੇ ਉੱਚਾ ਹੈ ਜਿਹੜਾ ਉਹ ਉਸਦੀ ਵਿਸ਼ੇਸ਼ਤਾ ਦੱਸਦੀ, ਉੱਚੀ ਪਦਵੀ ਨੀਵੀਂ ਪਦਵੀ। 15 ਕੁਸ਼ਚਨ, ਭਾਦੋਂ ਦੇਸੀ ਮਹੀਨੇ ਦੇ ਨਾਲ ਸੰਬੰਧਿਤ ਕਿਹੜਾ ਤਿਉਹਾਰ ਹੈ ਜਾਂ ਕਿਹੜਾ ਮੇਲਾ ਹੈ ਉਹ ਦੱਸਣਾ। ਦੇਖੋ ਸ਼ਹੀਦੀ ਜੋੜ ਮੇਲਾ ਜਾਂ ਸ਼ਹੀਦੀ ਸਭਾ, ਇਹ ਤਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਹੈ, ਤਾਂ ਇਹ ਕਿਸ ਦੇ ਵਿੱਚ ਆਉਂਦਾ, ਇਹ ਪੋਹ ਦੇ ਵਿੱਚ ਆ ਗਿਆ। ਉਸ ਤੋਂ ਬਾਅਦ ਦੇਖੋ ਗੁੱਗਾ ਨੌਮੀ, ਗੁੱਗਾ ਨੌਮੀ ਆ ਜਾਂਦਾ ਜੀ ਭਾਦੋਂ ਦੇ ਵਿੱਚ। ਅਤੇ ਉਸ ਤੋਂ ਬਾਅਦ ਦੇਖੋ ਜਰਗ ਦਾ ਮੇਲਾ, ਜਰਗ ਦਾ ਮੇਲਾ ਕਿਹੜਾ ਹੁੰਦਾ, ਜਿਹੜਾ ਬਾਸੜੀਆਂ ਦਾ ਮੇਲਾ ਕਹਿੰਦੇ ਹੋ ਤੁਸੀਂ ਜਾਂ ਬੀਬੜੀਆਂ ਦਾ ਮੇਲਾ ਕਹਿੰਦੇ ਹੋ ਤੁਸੀਂ, ਉਹ ਆ ਜਾਂਦਾ ਜੀ ਫੱਗਣ ਦੇ ਵਿੱਚ। ਅਤੇ ਧਿਆਨ ਦੇ ਵਿੱਚ ਰੱਖ ਲਿਓ, ਇਹ ਕੁਸ਼ਚਨ ਇੱਥੋਂ ਕਈ ਵਾਰ ਹੋਰ ਵੀ ਪੁੱਛਿਆ ਜਾ ਸਕਦਾ, ਜਿੱਦਾਂ ਮਕਰ ਸੰਕ੍ਰਾਂਤੀ ਹੈ, ਮਕਰ ਸੰਕ੍ਰਾਂਤੀ ਉਹੀ ਹੈ, ਮਾਘੀ ਦਾ ਮੇਲਾ ਇਹ ਆਉਂਦਾ ਪਹਿਲੀ ਮਾਘ ਨੂੰ, ਠੀਕ ਹੈ, ਮਾਘ ਨੂੰ, ਮਾਘੀ ਆ ਮੁਕਤਸਰ ਵਾਲਾ ਮੇਲਾ ਇਹ, ਤਾਂ ਧਿਆਨ ਦੇ ਵਿੱਚ ਰੱਖਿਓ, ਇੰਪੋਰਟੈਂਟ ਹੈ। ਆਪਣਾ ਰਾਈਟ ਆਨਸਰ ਕਿਹੜਾ ਹੋ ਗਿਆ, ਆਪਸ਼ਨ ਬੀ, ਗੁੱਗਾ ਨੌਮੀ ਭਾਦੋਂ ਦੇ ਵਿੱਚ ਮਨਾਇਆ ਜਾਂਦਾ। ਅਗਲਾ ਕੁਸ਼ਚਨ ਹੈ 16, ਸੋਨੇ ਚਾਂਦੀ ਦੇ ਗਹਿਣਿਆਂ ਦਾ ਵਪਾਰ ਕਰਨ ਵਾਲੇ ਨੂੰ ਕੀ ਕਹਿੰਦੇ ਹਨ। ਲਓ ਜੀ, ਸੋਨੇ ਚਾਂਦੀ ਦਾ ਗਹਿਣਾ, ਗਹਿਣਿਆਂ ਦਾ ਜਿਹੜਾ ਵਪਾਰ ਕਰਦਾ, ਖੋਜੀ, ਪਾਂਧੀ ਨਹੀਂ ਟਕੋਰ ਵੀ ਨਹੀਂ, ਤਾਂ ਉਹ ਹੁੰਦਾ ਜੀ ਸਰਾਫ, ਸਰਾਫ ਜਿਹੜਾ ਸੋਨੇ ਚਾਂਦੀ ਦੇ ਗਹਿਣਿਆਂ ਦਾ ਵਪਾਰ ਕਰਦਾ। ਆਪਸ਼ਨ ਸੀ ਰਾਈਟ ਆਨਸਰ ਹੈ। 17 ਕੁਸ਼ਚਨ, ਧੁਨੀਆਂ ਜਾਂ ਵਰਨਾਂ ਦੇ ਸੁਮੇਲ ਤੋਂ ਡੈਸ਼ ਬਣਦਾ ਹੈ, ਧੁਨੀਆਂ ਤੋਂ ਜਾਂ ਵਰਨਾਂ ਤੋਂ ਕੀ ਬਣਦਾ। ਦੇਖੋ ਧੁਨੀਆਂ ਕੱਢੀਆਂ ਉਹਨੇ, ਆ ਕਰੀ ਗਿਆ ਕੋਈ ਬੱਚਾ, ਉੱਥੇ ਇੱਕ ਸ਼ਬਦ ਬਣ ਗਿਆ, ਉਹ ਸਾਰੀਆਂ ਧੁਨੀਆਂ ਨੂੰ ਜੋੜ ਕੇ ਆਪਾਂ ਇੱਕ ਸ਼ਬਦ ਬਣਾ ਲਿਆ, ਠੀਕ ਹੈ। ਜਿੱਦਾਂ ਬੱਚਾ ਕਹਿ ਦਿੰਦਾ ਨਾ ਪਾਣੀ ਨੂੰ ਮ ਮ ਮ, ਇੱਦਾਂ ਉਹਨੇ ਪਾਣੀ ਕਹਿਤਾ ਮੰਨ ਲਓ, ਕੰਪਲੀਟ ਕੀਤਾ ਉਹ ਸ਼ਬਦ ਉਹਨੇ ਬੋਲ ਕੇ, ਉਹ ਸ਼ਬਦ ਬਣ ਗਿਆ ਇੱਕ ਵਾਕ, ਤਾਂ ਫਿਰ ਅੱਗੇ ਸ਼ਬਦਾਂ ਨੂੰ ਜੋੜ ਕੇ ਬਣੇਗਾ, ਪ੍ਰਣਾਮ ਵੀ ਨਹੀਂ ਹੈਗਾ, ਕਿਰਿਆ ਵੀ ਨਹੀਂ ਹੈਗੀ, ਤਾਂ ਇਹ ਸ਼ਬਦ ਬਣੇਗਾ ਧੁਨੀਆਂ ਜਾਂ ਵਰਨਾਂ ਨੂੰ ਜੋੜ ਕੇ। ਜਿੱਦਾਂ ਵਰਨਾਂ ਨੂੰ ਕਿੱਦਾਂ, ਵਰਨ ਕਿਹੜੇ ਹੁੰਦੇ ਆ, ਵਰਨ ਹੁੰਦੇ ਆ ਜੀ ਅੱਖਰ, ਇੱਥੇ ਕਹਿਤਾ ਬੱਚੇ ਨੇ ਕਹਿਤਾ ਪ ਨੀ, ਇਹਨਾਂ ਦੋਨਾਂ ਨੂੰ ਜੋੜ ਲਓ, ਇੱਕ ਸ਼ਬਦ ਬਣ ਗਿਆ ਪਾਣੀ, ਠੀਕ ਹੈ, ਧਿਆਨ ਦੇ ਵਿੱਚ ਰੱਖਿਓ। ਚਾਹੇ ਇਸ ਨੂੰ ਬੋਲਤਾ ਚਾਹੇ ਲਿਖਤਾ, ਦੋਨੋਂ, ਜੇਕਰ ਬੋਲਿਆ ਉਹ ਧੁਨੀ ਹੋ ਗਈ, ਜੇਕਰ ਉਹਨੇ ਲਿਖਿਆ ਤਾਂ ਉਹ ਵਰਨ ਹੋ ਗਏ। ਅਗਲਾ ਕੁਸ਼ਚਨ ਹੈ 18, ਪੰਜਾਬੀ ਭਾਸ਼ਾ ਦੇ ਕਿਸ ਸਾਹਿਤਕਾਰ ਨੂੰ ਸਭ ਤੋਂ ਪਹਿਲਾਂ ਸਾਹਿਤ ਅਕਾਦਮੀ ਪੁਰਸਕਾਰ ਦੇ ਨਾਲ ਨਿਵਾਜ਼ਿਆ ਗਿਆ, ਤਾਂ ਉਹ ਕਿਸ ਨੂੰ ਨਿਵਾਜ਼ਿਆ ਗਿਆ ਸੀਗਾ, ਅੰਮ੍ਰਿਤਾ ਪ੍ਰੀਤਮ। ਲਓ ਜੀ, ਇਹਨਾਂ ਦੇ ਤੁਸੀਂ ਈਅਰ ਵੀ ਲਿਖ ਲਓ, ਇੰਪੋਰਟੈਂਟ ਹੈ, ਕਈ ਵਾਰ ਦੁਬਾਰਾ ਫਿਰ ਪੁੱਛਿਆ ਜਾ ਸਕਦਾ। ਤਾਂ ਦੇਖੋ ਸਾਰਿਆਂ ਤੋਂ ਪਹਿਲਾਂ ਜਦੋਂ ਸ਼ੁਰੂਆਤ ਹੋਈ ਸਾਹਿਤ ਅਕਾਦਮੀ ਦੀ, 1955 ਦੇ ਵਿੱਚ ਪਹਿਲੀ ਵਾਰ ਇਹ ਸਾਹਿਤ ਅਕਾਦਮੀ ਅਵਾਰਡ ਦਿੱਤਾ ਗਿਆ, ਪਹਿਲੀ ਵਾਰ, ਠੀਕ ਹੈ, ਪਹਿਲੀ ਵਾਰ ਦਿੱਤਾ ਗਿਆ ਭਾਈ ਵੀਰ ਸਿੰਘ ਨੂੰ, 1955 ਦੇ ਵਿੱਚ ਹੀ ਦਿੱਤਾ ਸੀਗਾ, ਮੇਰੇ ਸਾਈਆਂ ਜੀ ਉਹ ਇਹਨਾਂ ਦੀ ਰਚਨਾ ਦੇ ਲਈ। ਤਾਂ ਉਸ ਤੋਂ ਬਾਅਦ ਦੇਖੋ ਆਪਾਂ ਇਹਨਾਂ ਦੇ ਵੀ ਈਅਰ ਲਿਖਦੇ ਹਾਂ, 1956 ਦੇ ਵਿੱਚ ਮਿਲਿਆ ਅੰਮ੍ਰਿਤਾ ਪ੍ਰੀਤਮ ਨੂੰ, ਕਿਹੜੀ ਰਚਨਾ ਦੇ ਲਈ, ਸੁਨੇਹੜੇ, ਠੀਕ ਹੈ, ਸੁਨੇਹੜੇ ਇਸ ਰਚਨਾ ਦੇ ਲਈ ਮਿਲਿਆ। ਉਸ ਤੋਂ ਬਾਅਦ ਕਿਸ ਨੂੰ ਮਿਲਿਆ,
ਭਾਈ ਵੀਰ ਸਿੰਘ ਨੂੰ ਇਸ ਤੋਂ ਪਹਿਲਾਂ ਮਿਲ ਗਿਆ ਸੀ 1955 ਦੇ ਵਿੱਚ। ਮੇਰੇ ਸਾਈਆਂ ਜੀਓ ਇਹਨਾਂ ਦੀ ਰਚਨਾ ਹੈ। ਅਤੇ ਉਸ ਤੋਂ ਬਾਅਦ ਨਾਨਕ ਸਿੰਘ ਨੂੰ ਮਿਲਿਆ ਸੀਗਾ 1961 ਦੇ ਵਿੱਚ, ਵਿੱਚ ਹੋਰ ਵੀ ਸੀਗੇ, ਠੀਕ ਹੈ। ਅਤੇ ਇੱਕ ਮਿਆਨ ਦੋ ਤਲਵਾਰਾਂ ਜਿਹੜਾ ਗ੍ਰੈਜੂਏਸ਼ਨ ਦੇ ਵਿੱਚ ਤੁਹਾਨੂੰ ਲੱਗਿਆ ਹੋਏਗਾ ਬੀਏ ਦੇ ਵਿੱਚ, ਇੱਕ ਮਿਆਨ ਦੋ ਤਲਵਾਰਾਂ, ਠੀਕ ਹੈ, ਉਹਦੇ ਲਈ ਮਿਲਿਆ ਸੀ ਇਹਨਾਂ ਨੂੰ। ਅਤੇ ਸ਼ਿਵ ਕੁਮਾਰ ਬਟਾਲਵੀ ਦਾ, ਸ਼ਿਵ ਕੁਮਾਰ ਬਟਾਲਵੀ ਨੂੰ ਮਿਲਿਆ ਸੀ 1967 ਦੇ ਵਿੱਚ। 1967 ਦੇ ਵਿੱਚ ਕਿਹੜੀ ਰਚਨਾ ਦੇ ਲਈ ਮਿਲਿਆ ਇਹਨਾਂ ਨੂੰ? ਲੂਣਾ ਦੇ ਲਈ ਮਿਲਿਆ। ਲਓ ਜੀ, ਇਹ ਸਾਰੇ ਇੰਪੋਰਟੈਂਟ ਨੇ, ਧਿਆਨ ਦੇ ਵਿੱਚ ਰੱਖ ਲਿਓ। ਅਤੇ ਸਭ ਤੋਂ ਪਹਿਲੀ ਵਾਰ ਪੁੱਛਿਆ ਸੀ ਉਹ ਮਿਲਿਆ ਸੀ ਭਾਈ ਵੀਰ ਸਿੰਘ ਨੂੰ, ਆਪਸ਼ਨ ਬੀ ਰਾਈਟ ਆਂਸਰ ਹੈ। ਆਧੁਨਿਕ ਸਾਹਿਤ ਦੇ ਪਿਤਾਮਾ ਵੀ ਆਪਾਂ ਇਹਨਾਂ ਨੂੰ ਕਹਿੰਦੇ ਹਾਂ। ਅਤੇ 1955 ਦੇ ਵਿੱਚ ਇਹਨਾਂ ਨੂੰ ਸਾਹਿਤਿਕ ਅਵਾਰਡ ਮਿਲ ਗਿਆ ਸੀ ਮੇਰੇ ਸਾਈਆਂ ਜੀਓ ਇਸ ਰਚਨਾ ਦੇ ਲਈ। ਅਗਲਾ ਕੁਸ਼ਚਨ ਹੈ 19 ਨੰਬਰ, ਵੰਡਰਫੁੱਲ, ਇੱਥੇ ਸ਼ਬਦ ਹੈ ਵੰਡਰਫੁੱਲ, ਪੰਜਾਬੀ ਰੂਪ ਦੱਸਣਾ ਇਸਦਾ। ਵੰਡਰਫੁੱਲ ਸੋਹਣਾ ਨਹੀਂ ਹੈਗਾ, ਇਹ ਹੁੰਦਾ ਜੀ ਸ਼ਾਨਦਾਰ, ਅਦਭੁਤ। ਆਪਸ਼ਨ ਬੀ ਰਾਈਟ ਆਂਸਰ ਹੈ। 20 ਨੰਬਰ ਕੁਸ਼ਚਨ, ਕਿਹੜੇ ਗੁਰੂ ਸਾਹਿਬਾਨ ਜੀ ਨੇ ਸਿੱਖੀ ਦੇ ਵਿੱਚ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਖਤਮ ਕਰਕੇ ਸ਼ਬਦ ਗੁਰੂ ਦਾ ਨਵਾਂ ਸੰਕਲਪ ਸਾਹਮਣੇ ਲਿਆਂਦਾ? ਕਿਸ ਗੁਰੂ ਸਾਹਿਬਾਨ ਨੇ? ਗੁਰੂ ਗੋਬਿੰਦ ਸਿੰਘ ਜੀ ਨੇ। ਆਪਸ਼ਨ ਡੀ ਰਾਈਟ ਆਂਸਰ ਹੈ। ਅਗਲਾ ਕੁਸ਼ਚਨ 21 ਨੰਬਰ, ਗੈਰਤ, ਇੱਥੇ ਸ਼ਬਦ ਹੈ ਗੈਰਤ, ਸਮਾਨਾਰਥਕ ਸ਼ਬਦ ਦੱਸਣਾ ਇਸਦਾ। ਗੈਰਤ ਜੇਕਰ ਵਿਰੋਧੀ ਸ਼ਬਦ ਹੁੰਦਾ ਫਿਰ ਆਪਾਂ ਬੇਗੈਰਤ ਕਹਿ ਸਕਦੇ ਸੀ। ਗੈਰਤ ਯਾਨੀ ਕਿ ਕਿਸੇ ਦੇ ਵਿੱਚ ਅਣਖ ਹੈ, ਗੈਰਤ ਹੈ, ਇਹ ਰਾਈਟ ਆਂਸਰ ਹੋ ਗਿਆ ਆਪਸ਼ਨ ਬੀ। ਗੁਲਾਮ, ਲਾਣਤ, ਇਹ ਤਾਂ ਇਸ ਤੋਂ ਅਲੱਗ ਦੀਆਂ ਗੱਲਾਂ ਹੋ ਗਈਆਂ। 22 ਨੰਬਰ ਕੁਸ਼ਚਨ, ਸ਼੍ਰੀ ਗੁਰੂ ਅਰਜਨ ਦੇਵ ਜੀ ਕਿਸ ਗੁਰੂ ਸਾਹਿਬਾਨ ਜੀ ਦੇ ਸਪੁੱਤਰ ਸਨ? ਕਿਹੜੇ ਗੁਰੂ ਸਾਹਿਬਾਨ ਦੇ ਸਪੁੱਤਰ ਸੀਗੇ? ਗੁਰੂ ਰਾਮਦਾਸ ਜੀ ਦੇ। ਗੁਰੂ ਰਾਮਦਾਸ ਜੀ ਚੌਥੇ ਗੁਰੂ ਸੀਗੇ ਅਤੇ ਗੁਰੂ ਅਰਜਨ ਦੇਵ ਜੀ ਸੀਗੇ ਪੰਜਵੇਂ ਗੁਰੂ ਸਾਹਿਬਾਨ, ਧਿਆਨ ਦੇ ਵਿੱਚ ਰੱਖਿਓ। ਅਗਲਾ ਕੁਸ਼ਚਨ ਹੈ 23 ਨੰਬਰ, ਜਨਮ ਅਸ਼ਟਮੀ ਦਾ ਸੰਬੰਧ ਹੈ ਕਿਸ ਨਾਲ ਹੈ ਜੀ? ਜਨਮ ਅਸ਼ਟਮੀ ਦਾ ਸੰਬੰਧ, ਜਨਮ ਅਸ਼ਟਮੀ ਦਾ ਸੰਬੰਧ ਕ੍ਰਿਸ਼ਨ ਭਗਵਾਨ ਜੀ ਨਾਲ ਹੈ। ਅਤੇ ਇਹ ਕੁਸ਼ਚਨ ਪਹਿਲਾਂ ਇੱਕ ਦੋ ਵਾਰ ਪੀ ਟ੍ਰਿਪਲ ਐਸ ਵੀ ਦੇ ਵਿੱਚ ਵੀ ਆ ਚੁੱਕਾ ਹੈ, ਧਿਆਨ ਦੇ ਵਿੱਚ ਰੱਖਿਓ। ਅਤੇ ਇਹ ਹੁੰਦਾ ਅਸ਼ਟਮੀ ਨੂੰ, ਅਤੇ ਇਸ ਤੋਂ ਅਗਲੇ ਦਿਨ ਨੌਵੀਂ ਨੂੰ ਹੁੰਦਾ, ਨੌਵੀਂ ਇਸ ਤੋਂ ਅਗਲੇ ਦਿਨ ਕੀ ਹੋਏਗਾ? ਨੌਵੀਂ ਹੋਏਗਾ ਅਸ਼ਟਮੀ ਤੋਂ ਅਗਲੇ ਦਿਨ, ਅਤੇ ਨੌਵੀਂ ਵਾਲੇ ਦਿਨ ਹੁੰਦਾ ਜੀ ਗੁੱਗਾ ਨੌਵੀਂ, ਧਿਆਨ ਦੇ ਵਿੱਚ ਰੱਖਿਓ। ਜਿਹੜਾ ਆਪਾਂ ਉੱਪਰ ਕੁਸ਼ਚਨ ਕਰਕੇ ਆਏ ਇਸ ਤੋਂ ਅਗਲੇ ਦਿਨ ਹੀ ਹੁੰਦਾ, ਇਹ ਵੀ ਭਾਦੋਂ ਦੇ ਵਿੱਚ ਹੀ ਆ ਗਿਆ। ਫਿਰ 24 ਨੰਬਰ ਕੁਸ਼ਚਨ, ਗੁਰਮੁਖੀ ਲਿਪੀ ਕਿਹੜੇ ਲਿਪੀ ਪਰਿਵਾਰ ਦੇ ਵਿੱਚੋਂ ਜਨਮੀ ਹੈ? ਕਿਹੜੇ ਪਰਿਵਾਰ ਦੇ ਵਿੱਚੋਂ ਨਿਕਲੀ ਹੈ ਜੀ ਜਿਹੜੀ ਗੁਰਮੁਖੀ ਲਿਪੀ ਹੈ? ਤਾਂ ਉਹ ਨਿਕਲੀ ਹੈ ਸ਼ਾਹਮੁਖੀ, ਤਾਂ ਪਾਕਿਸਤਾਨ ਵਾਲੇ ਬੋਲੀ ਜਾਂਦੀ ਹੈ ਜਿਹੜੀ ਉਹ ਹੈ, ਤਾਂ ਇਹ ਹੋ ਗਿਆ ਜੀ ਬ੍ਰਹਮੀ ਲਿਪੀ ਦੇ ਵਿੱਚੋਂ ਜਨਮੀ ਹੈ ਗੁਰਮੁਖੀ ਲਿਪੀ, ਆਪਸ਼ਨ ਸੀ ਰਾਈਟ ਆਂਸਰ ਹੈ। ਅਗਲਾ ਕੁਸ਼ਚਨ 25 ਨੰਬਰ, ਹੱਥ ਦਾ ਸੁੱਚਾ ਹੋਣਾ, ਇਹ ਮੁਹਾਵਰਾ, ਇਸਦਾ ਅਰਥ, ਸਹੀ ਅਰਥ ਦੱਸੋ। ਹੱਥ ਦਾ ਸੁੱਚਾ ਜਾਣੀ ਕਿ ਬਹੁਤ ਹੀ ਇਮਾਨਦਾਰ ਬੰਦਾ ਹੈ, ਉਹਨੇ ਕਦੇ ਰਿਸ਼ਵਤ ਨਹੀਂ ਲਈ, ਠੀਕ ਹੈ, ਤਾਂ ਉਹ ਹੱਥ ਦਾ ਸੁੱਚਾ ਹੋ ਗਿਆ, ਆਪਸ਼ਨ ਏ ਰਾਈਟ ਆਂਸਰ ਹੈ। ਲਓ ਜੀ, ਆਪਾਂ ਇੱਥੇ ਕੀਤੇ ਆ 25 ਕੁਸ਼ਚਨ, 25 ਦੇ ਵਿੱਚੋਂ ਤੁਹਾਡੇ 25 ਦੇ 25 ਹੀ ਸਹੀ ਹੋਣੇ ਚਾਹੀਦੇ ਆ। ਲਓ ਜੀ, ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੁਹਾਡੇ ਕਿੰਨੇ ਸਹੀ ਸੀ, ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ। ਬਾਕੀ ਕਲਾਸਾਂ ਤੁਹਾਨੂੰ ਪਲੇਲਿਸਟ ਦੇ ਵਿੱਚ ਮਿਲ ਜਾਣਗੀਆਂ, ਉੱਥੇ ਜਾ ਕੇ ਉਹਨਾਂ ਨੂੰ ਵੀ ਤੁਸੀਂ ਜ਼ਰੂਰ ਤੋਂ ਜ਼ਰੂਰ ਦੇਖਿਓ। ਕਲਾਸ ਕੰਪਲੀਟ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।